ਜਿਵੇਂ ਥੋੜੀ ਦੇਰ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦੇ ਲਾਈਵ ਹੋ ਕੇ ਦੱਸਿਆ ਸੀ ਕਿ ਕੱਲ ਤੋਂ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦਾ ਜੋ ਘਰਾਓ ਹੈ ਉਹ ਸਵੇਰੇ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਅਪੀਲ ਕਰਦੇ ਹਾਂ ਕਿ ਕੱਲ ਦੀ ਅਤੇ ਪਰਸੋਂ ਦੀ ਛੁੱਟੀ ਹੋਣ ਕਰਕੇ ਇਹ ਪ੍ਰੋਗਰਾਮ ਕੈਂਸਲ ਕੀਤਾ ਜਾਂਦਾ ਹੈ ਤੇ ਇਹਦੀ ਜਗ੍ਹਾ ਤੇ ਨਵਾਂ ਪ੍ਰੋਗਰਾਮ ਲੀਕਿਆ ਗਿਆ ਹੈ। ਖਾਸ ਕਰਕੇ ਜਿਹੜੇ ਪੰਜਾਬ ਵਾਲੇ ਵੀਰ ਦੇਖ ਰਹੇ ਨੇ ਜਾਂ ਪੰਜਾਬ ਦੇ ਵਿੱਚ ਰਹਿ ਰਹੇ ਨੇ, ਕੋਈ ਵੀ ਵੀਡੀਓ ਬਾਅਦ ਵਿੱਚ ਦੇਖੇ ਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰ ਦਿਓ ਤਾਂ ਜੋ ਕਨਫਿਊਜ਼ਨ ਨਾ ਕ੍ਰੀਏਟ ਹੋ ਸਕੇ ਤੇ ਸਹੀ ਮੈਸੇਜ ਤੁਹਾਡੇ ਸਾਰਿਆਂ ਤੱਕ ਪਹੁੰਚ ਸਕੇ। ਸਾਡੇ ਨਾਲ ਨੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ। ਰਾਜੇਵਾਲ ਸਾਹਿਬ, ਹੁਣ ਕੀ ਫੈਸਲਾ ਲਿਆ ਗਿਆ ਜੀ? ਇਸ ਤਰ੍ਹਾਂ ਪਹਿਲੀ ਤਾਰੀਖ ਤੋਂ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਬਦਲ ਕੇ 11 ਅਕਤੂਬਰ ਕਰ ਦਿੱਤੀ ਸੀ। ਇਹਦੇ ਖਿਲਾਫ ਅਸੀਂ ਫੈਸਲਾ ਕੀਤਾ ਸੀ ਡੀਸੀ ਦਫ਼ਤਰਾਂ ਦੇ ਘਰਾਓ ਦਾ, ਪਰ ਕਿਉਂਕਿ ਕੱਲ੍ਹ ਔਰ ਪਰਸੋਂ ਦੋ ਦਿਨ ਛੁੱਟੀਆਂ ਅਤੇ ਮੌਸਮ ਦਾ ਕੋਈ ਪਤਾ ਨਹੀਂ, ਇਸ ਲਈ ਅਸੀਂ ਹੁਣੇ ਫੈਸਲਾ ਕੀਤਾ ਵੀ ਜਿੰਨੇ ਕਾਂਗਰਸ ਦੇ MLA ਨੇ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ ਤਾਂ ਕਿ ਕਿਸਾਨਾਂ ਦੇ ਝੋਨੇ ਦੀ ਖਰੀਦ ਠੀਕ ਸਮੂਥਲੀ ਕੀਤੀ ਜਾ ਸਕੇ ਔਰ ਇਹਦੀ ਤਰੀਕ ਬਦਲ ਕੇ ਛੇਤੀ ਕੱਲ੍ਹ ਤੋਂ ਹੀ ਕੀਤੀ ਜਾਏ। ਉਹ ਇਹਦੇ ਲਈ ਇੱਕ ਇਹ ਵੀ ਦੇਖਣ ਵਾਲੀ ਗੱਲ ਹੈ ਸਰਕਾਰ ਨੂੰ ਕਿ ਜਿਹੜਾ ਕਿਸਾਨ ਦਾ ਕੰਮ ਪੈਦਾ ਕਰਨਾ ਹੈ, ਖਰੀਦਣਾ ਸਰਕਾਰ ਦਾ, ਮੌਸਮ ਕਿਸਾਨ ਦੇ ਬਸ ਨਹੀਂ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਦੀ ਖਰੀਦ ਸ਼ੁਰੂ ਛੇਤੀ ਕਰੇ ਔਰ ਜੇ ਕਿਤੇ ਮੌਸਮ ਦੇ ਨਾਲ ਕਾਰਨ ਕੋਈ ਝੋਨੇ ਦੀ ਜਿਹੜੀ ਹੈ ਡਿਸਕਲਰਡ ਜਾਂ ਕੁਆਲਿਟੀ 'ਚ ਕੋਈ ਹੋਰ ਫਰਕ ਪੈਂਦਾ ਉਹਦੀਆਂ ਰਿਲੈਕਸੇਸ਼ਨਸ ਹੁਣੇ ਪਹਿਲਾਂ ਤੋਂ ਹੀ ਜਾਰੀ ਕਰੇ। ਰਾਜੇਵਾਲ ਸਾਹਿਬ, ਸਵੇਰ ਤੋਂ ਮੈਸੇਜ ਆ ਰਹੇ ਸੀਗੇ ਕਿ ਝੋਨਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ, ਦੁਆਬੇ ਏਰੀਏ ਦੇ ਵਿੱਚ, ਕੁਛ ਮਾਝੇ ਏਰੀਏ ਦੇ ਵਿੱਚ, ਕਿ ਮਾਲਵੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਝੋਨਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਤੇ ਸਰਕਾਰ ਨੇ ਇਸ ਵੇਲੇ ਆਣ ਕੇ ਇਦਾਂ ਦਾ ਸਟੈਪ ਕਿਉਂ ਚੱਕਿਆ? ਦੇਖੋ ਜੀ, ਕੇਂਦਰ ਸਰਕਾਰ ਤਾਂ ਹਮੇਸ਼ਾ ਪੰਜਾਬ ਨਾਲ ਤਾਂ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ, ਜਿਵੇਂ ਦੁਸ਼ਮਣੀ ਹੁੰਦੀ ਹੈ ਇੱਦਾਂ ਦੇ ਕਦਮ ਚੱਕਦੀ ਹੈ। ਅੱਜ ਤੱਕ ਕਦੇ ਵੀ ਅਕਤੂਬਰ, 1 ਅਕਤੂਬਰ ਤੋਂ ਲੇਟ ਕਦੇ ਵੀ ਖਰੀਦ ਜਿਹੜੀ ਝੋਨੇ ਦੀ ਕੀਤੀ ਨਹੀਂ ਗਈ, ਇਹ ਪਹਿਲੀ ਵਾਰੀ ਹੋਇਆ। ਜਾਂ ਤਾਂ ਇਹ ਜਾਣ ਕੇ ਜਿੱਦ ਨਾਲ ਕੀਤਾ ਗਿਆ ਜਾਂ ਜਿਹੜੇ ਅਧਿਕਾਰੀ ਬੈਠੇ ਨੇ ਉਹਨਾਂ ਨੂੰ ਸਮਝ ਕੋਈ ਨਹੀਂ। ਇਸ ਲਈ ਮੈਂ ਸਮਝਦਾ ਇਹਨੂੰ ਸਰਕਾਰ ਨੂੰ ਰਾਹੇ ਰਾਹ 'ਤੇ ਲਿਆਉਣ ਵਾਸਤੇ ਇਹਦਾ ਵਿਰੋਧ ਕਰਨਾ ਜ਼ਰੂਰੀ ਹੈ। ਵਿਰੋਧ ਹੋਣਾ ਜਿਹੜੇ MLAs ਨੇ ਰੂਲਿੰਗ ਪਾਰਟੀ ਦੇ, ਉਹਨਾਂ ਦੇ ਘਰਾਂ ਅੱਗੇ ਬੈਠਾਂਗੇ ਤਾਂ ਕਿ ਇੱਥੇ ਦੀ ਪੰਜਾਬ ਦੀ ਸਰਕਾਰ ਭੱਜੇ ਕੇਂਦਰ ਕੋਲ ਤਰੀਕ ਬਦਲੀ ਕਰਾਉਣ ਵਾਸਤੇ ਛੇਤੀ ਤੋਂ ਛੇਤੀ। ਰਾਜੇਵਾਲ ਸਾਹਿਬ, ਪੰਜਾਬ ਦੇ BJP ਦੇ ਪ੍ਰਧਾਨ ਅਸ਼ਵਨੀ ਸ਼ਰਮੇ ਦਾ ਬਿਆਨ ਆਇਆ ਅੱਜ ਸ਼ਾਮ ਨੂੰ ਕਿ ਕੋਈ ਇੱਦਾਂ ਦੀ ਗੱਲ ਨਹੀਂ, ਇਹਦੇ ਉੱਪਰ ਰਾਜਨੀਤੀ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਅਤੇ ਕੁਛ ਲੋਕ, ਸਿਰਫ ਵੈਦਰ ਕਰਕੇ, ਮੌਸਮ ਦੇ ਕਰਕੇ ਝੋਨੇ ਦੀ ਜਿਹੜੀ ਅਸੀਂ ਉਹਨੂੰ ਲੈਣਾ ਜਿਹੜਾ ਉਹ ਇਸ ਕਰਕੇ ਲੇਟ ਕੀਤਾ, ਇਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਉਹਨੂੰ? ਦੇਖੋ, ਜਦੋਂ ਨੋਰਮਸ ਤੈਅ ਕਰਤੀਆਂ ਵੀ 17% ਨਮੀ ਵਾਲਾ ਝੋਨਾ ਖਰੀਦਣਾ ਤੇ ਫਿਰ ਇਹ ਗੱਲ ਆਪਣੇ ਆਪ ਬੇਮਾਨਾ ਹੋ ਜਾਂਦੀ ਹੈ। ਮੈਨੂੰ ਲੱਗਦਾ ਵੀ ਇਹ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਔਰ BJP ਦੇ ਪ੍ਰਧਾਨ ਸਾਹਿਬ ਨੂੰ ਜਾਂ ਤਾਂ ਖੇਤੀ ਦੀ ਜਾਣਕਾਰੀ ਨਹੀਂ ਜਾਂ ਮਨੋ ਕਿਸਾਨਾਂ ਪ੍ਰਤੀ ਨਫ਼ਰਤ ਆਪਣੇ ਅੰਦਰ ਪਾਲਦੇ ਨੇ। ਸਾਡੇ ਨਾਲ ਨੇ ਡੱਲੇਵਾਲ ਸਾਹਿਬ। ਡੱਲੇਵਾਲ ਸਾਹਿਬ, ਜਿਹੜਾ ਕੱਲ੍ਹ ਦਾ ਪ੍ਰੋਗਰਾਮ ਰੱਦ ਕੀਤਾ ਗਿਆ, ਉਸ ਤੋਂ ਬਾਅਦ MLA ਦੇ, ਕਾਂਗਰਸ ਦੇ MLA ਦਾ ਘਿਰਾਓ ਕਰਨ ਦਾ ਪ੍ਰੋਗਰਾਮ, ਧਰਨਾ ਦੇਣ ਦਾ ਪ੍ਰੋਗਰਾਮ ਦਿੱਤਾ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ, ਗੱਲ ਇਹ ਹੈ ਕਿ ਕੱਲ੍ਹ ਨੂੰ ਮਹਾਤਮਾ ਗਾਂਧੀ ਜੀ ਦੀ ਜਯੰਤੀ ਹੈ, ਉਹਨੂੰ ਧਿਆਨ ਦੇ ਵਿੱਚ ਰੱਖਿਆ ਗਿਆ। ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੱਲ੍ਹ ਨੂੰ ਤਾਂ ਸਰਕਾਰ ਦੀ ਛੁੱਟੀਆਂ ਹੈ ਜੀ। ਸਾਡਾ ਪ੍ਰੋਗਰਾਮ ਆਪਣੇ ਪੰਜਾਬ ਦੇ ਅੰਦਰ ਪਹਿਲਾਂ ਡਿਪਟੀ ਕਮਿਸ਼ਨਰਾਂ ਦਾ ਹੀ ਰੱਖਿਆ ਗਿਆ ਸੀ ਜੀ, ਲੇਕਿਨ ਇਹਨੂੰ ਅਗਰ ਅਸੀਂ 2 ਦਿਨ ਡਿਲੇ ਕਰਦੇ ਹਾਂ ਤਾਂ ਸਰਕਾਰ ਨੂੰ ਹੋਰ ਮੌਕਾ ਮਿਲਦਾ ਕਿਸਾਨਾਂ ਨੂੰ ਖਜਲ ਖੁਆਰ ਕਰਨ ਦਾ। ਇਸ ਕਰਕੇ ਸਾਨੂੰ ਇਮੀਡੀਏਟਲੀ ਜਿਹੜਾ ਇਹਨੂੰ ਚੇਂਜ ਕਰਕੇ ਸਰਕਾਰੀ ਨੁਮਾਇੰਦਿਆਂ ਦੀ ਬਾਰ ਦੇ ਵਿੱਚ ਲਿਆਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤਾਂ ਕਿ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦਿੱਤੀ ਜਾ ਸਕੇ। ਇਸ ਵੇਲੇ ਕਿਸਾਨਾਂ ਦਾ ਝੋਨਾ ਮਤਲਬ ਵੱਡੀ ਪੱਧਰ ਦੇ ਉੱਤੇ ਮੰਡੀਆਂ 'ਚ ਆਉਣਾ ਸ਼ੁਰੂ ਹੋ ਗਿਆ, ਇਸ ਵੇਲੇ ਕਿਸਾਨਾਂ ਦੀ ਬਾਂਹ ਫੜਨੀ ਬਹੁਤ ਜ਼ਰੂਰੀ ਸੀ। ਇਸ ਕਰਕੇ ਇਹਨੂੰ ਤੁਰੰਤ ਬਦਲ ਕੇ ਅਸੀਂ 2 ਦਿਨ ਦੀ ਵੇਟ ਕਰਨੀ ਵਾਜਬ ਨਹੀਂ ਸਮਝੀ ਔਰ ਇਹਨੂੰ ਬਦਲ ਕੇ ਅਸੀਂ ਮਤਲਬ ਰੂਲਿੰਗ ਪਾਰਟੀ ਦੇ ਜਿਹੜੇ ਮਤਲਬ MLA MP ਸਾਹਿਬਾਨ ਨੇ ਉਹਨਾਂ ਦੇ ਬਾਰੇ 'ਚ ਲੈ ਕੇ ਆਏ। ਡੱਲੇਵਾਲ ਸਾਹਿਬ, ਇਸ ਧਰਨੇ ਦੇ ਦੌਰਾਨ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਹੈ ਕਿ ਕਿਤੇ ਕੋਈ ਮਿਸਹੈਪਨਿੰਗ ਹੁੰਦੀ ਹੈ, ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠਦੇ ਨੇ, ਇਸ ਧਰਨੇ ਦੇ ਦੌਰਾਨ ਖਾਸ ਕਰਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ? ਦੇਖੋ, ਪਹਿਲੇ ਸਭ ਤੋਂ ਪਹਿਲੀ ਤਾਂ ਗੱਲ ਹੈ, ਅਸੀਂ ਇਹ ਰਿਕੁਐਸਟ ਕਰਾਂਗੇ ਸਾਰੇ ਸਾਡੇ ਧਰਨਾਕਾਰੀ ਅਤੇ ਪ੍ਰੋਟੈਸਟਰ ਵੀਰਾਂ ਨੂੰ ਜੀ, ਕਿ ਦੇਖੋ ਅਸੀਂ ਅੰਦੋਲਨ ਕਰ ਰਹੇ ਹਾਂ, ਨਾ ਕਿ ਕਿਸੇ ਦੇ ਨਾਲ ਹੱਥੋਂ ਪਾਈ ਦੀ ਲੜਾਈ ਲੜ ਰਹੇ ਹਾਂ ਜੀ। ਅੰਦੋਲਨ ਹਮੇਸ਼ਾ ਉਹ ਕਾਮਯਾਬ ਹੁੰਦਾ ਜਿਹੜਾ ਪੀਸਫੁਲੀ ਹੋਵੇ ਜੀ। ਸਾਡਾ ਸਰਕਾਰ 'ਤੇ ਦਬਾਅ ਬਣਾਉਣਾ ਇੱਕ ਜ਼ਿੰਮੇਵਾਰੀ ਹੈ, ਉਹ ਅਸੀਂ ਕਰ ਰਹੇ ਹਾਂ, ਉਹ ਕੰਮ ਕਰ ਰਹੇ ਹਾਂ। ਇਸ ਕਰਕੇ ਇਹਨੂੰ ਪੂਰਾ ਸ਼ਾਂਤੀਪੂਰਵਕ ਢੰਗ ਦੇ ਨਾਲ ਔਰ ਰੈਗੂਲਰ ਚਲਾਉਣ ਦੀ ਜਿਹੜੀ ਇੱਕ ਆਪਾਂ ਕੌਲ ਦਿੱਤੀ ਹੈ ਇਹਨੂੰ ਲਾਗੂ ਰੱਖਿਆ ਜਾਏ, ਲਾਗੂ ਕੀਤਾ ਜਾਏ ਔਰ ਬੰਦੇ ਲਗਾਤਾਰ ਮਤਲਬ ਉੱਥੇ ਬੈਠਣ ਅਤੇ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦੀ
कोई लड़ाई कोई झगड़ा कोई ओहो जी गल नहीं करने की लोड़। और यह धरना है, एक गल जरूर रखन ध्यान च, यह धरना है, इनू किते ये ना मन लैन भी यह धरना घराओ है, एक घराओ नहीं, यह धरना देना उन्होंने बार च, एक घराओ तो धरने च काफी मतलब अंतर होंगे, इस गल का ध्यान रखा जाए। जिवें सवेरे 10 बजे तो शुरू हो रहा है, यह जिनी देर तक सरकार मंग नहीं मान लैंदी उन्नी देर तक चलेगा रात दिन। हाँ 100% देखो ये कोई ये तो है नहीं गा भी असी कोई चेतावनी दे के या मंग पत्र दे के उठ खड़े, वह तो कुछ गल्लां होर होंदियां ने, यह तो अज लोड़ इमीजिएटली इहदा हल करवाउण दी है जी। और जो किसी चीज़ नूं हल करवाउणा है तुरंत हल करवाउणा है तो फिर उहदे ते तां रेगूलर मतलब धरना चलाउणा पएगा, और रेगूलर ही धरना चलाउणा पैणा, क्योंकि देखो जिहड़े जिस तरह का सरकार कह की रही है, कहिंदी कि बारिश है, बारिशां दे हालात ने, इन्हां हालातों दे विच नमी नमी वधूगी, तो इस करके असीं कहिंदे आ वी इहनूं डिले किया जाए। मैं कहना यह बेवकूफी है ना सरकार की, बीजेपी के प्रधान का बयान है जी, कोई भी होवे भावें इत्थे भावें भावें साडा पीएम भी क्यों ना होवे जी। देखो जदों सरकार की हुंदी है, सरकार की एक जिम्मेवारी है, लोगों ने फसल पैदा करती, चकनियां प्रोक्योरमेंट की ड्यूटी सरकार की है, वह करे उन्हूं। हुण जेकर मौसम दे विच सिल ज्यादा है तो तुसीं मैनूं ऐं दसो किहड़ा फार्मूला है जिहदे नाल अनाज दे विचों सिल कटूगी, उहदे नालों मॉइस्चर किवें कटूगा उहदे विचों, जे बाहरले टैंपरेचर दे विच बाहरले वातावरण दे विच मॉइस्चर ज्यादा है तो किसी भी कीमत दे उत्ते उहदा मॉइस्चर सगों फड़ूगा झोना होर घटन की बजाय। तो इस करके चाहीदा तो यह है कि जिहड़े नॉर्मल ने जिहड़ियां शर्तां ने जिहड़ियां हदायतां ने इहदे च रिलैक्सेशन दित्ती जाए, और उहदे नाल फटाफट किसानां दी फसल चक्की जाए, और बारिशां दे विच किसानां नूं परेशान होण तों तुरंत घरां नूं तोरिया जाए, और फसल आपदी सरकार आप सांभे, ਇਹ ਕਰਨ ਦੀ ਤਾਂ ਇਹ ਲੋੜ ਹੈ, ਨਾ ਕਿ ਮਤਲਬ ਕਿਸਾਨਾਂ ਨੂੰ ਛੱਡ ਦੇਣਾ ਕਿ ਤੁਸੀਂ ਆਪਦੀ ਫਸਲ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਜੀ, ਅਸੀਂ ਤਾਂ 19 ਤਰੀਕ ਨੂੰ ਖਰੀਦਾਂਗੇ। ਹੁਣ ਜਿਹਨਾਂ ਨੇ ਆਪ ਕਹਿ ਕੇ ਤਾਂ ਉਹ ਵਰਾਇਟੀਆਂ ਬਜਾਈਆਂ ਲੋਕਾਂ ਤੋਂ ਜਿਹੜੀਆਂ ਘੱਟ ਸਮੇਂ ਵਾਲੀਆਂ, ਔਰ ਉਹ ਪੱਕ ਪੱਕ ਕੇ ਤਿਆਰ ਹੋ ਜਾਂਦੀਆਂ, ਉਹਨਾਂ ਨੂੰ ਜੇ ਦੱਸ ਦੇਣ ਲੋਕ ਵੱਢਣਗੇ ਨਹੀਂ ਤਾਂ ਉਹ ਧਰਤੀ 'ਚ ਵੜ ਜਾਣਗੇ, ਉਹਦੇ ਕੋਲ ਤਾਂ ਲੋਕਾਂ ਦੇ ਪੱਲੇ ਕੱਖ ਨਹੀਂ ਪੈਣਾ। ਇਸ ਕਰਕੇ ਸਰਕਾਰ ਆਪਦੇ ਨੋਰਮਲ ਢਿੱਲੇ ਕਰੇ, ਇਹ ਹਦਾਇਤਾਂ ਜਿਹੜੀਆਂ ਸ਼ਰਤਾਂ ਲਾ ਰੱਖੀਆਂ ਨੇ ਇਹਨਾਂ ਦੇ ਵਿੱਚ, ਜੇਕਰ ਮੰਨਦੀ ਹੈ ਸਰਕਾਰ ਕਿ ਮੌਇਸਚਰ ਜ਼ਿਆਦਾ ਰਹੇਗਾ ਤੇ ਇਹਨੂੰ ਸਮਝੇ ਕਿ ਮੌਇਸਚਰ ਘਟਾਉਣਾ ਕਿਸੇ ਦੇ ਵੀ ਵੱਸ ਦੀ ਕੰਮ ਗੱਲ ਨਹੀਂ ਹੈ, ਕਿਸਾਨਾਂ ਦੀ ਕੋਈ ਮਤਲਬ ਵੱਸ ਦੀ ਨਹੀਂ ਹੈ, ਇਹਨੂੰ ਰਿਲੈਕਸੇਸ਼ਨ ਦੇ ਕੇ ਫਸਲ ਨੂੰ ਚੱਕੇ ਸਕਦੇ ਜੀ। ਬਿਲਕੁਲ, ਜਿਵੇਂ ਤੁਹਾਨੂੰ ਸਾਡੇ ਬਹੁਤ ਸੀਨੀਅਰ ਸਤਿਕਾਰਯੋਗ ਆਗੂ ਸਾਹਿਬਾਨਾਂ ਨੇ ਦੱਸਿਆ ਕਿ ਕੱਲ੍ਹ ਵਾਲਾ ਪ੍ਰੋਗਰਾਮ ਕਿਉਂ ਕੈਂਸਲ ਕੀਤਾ ਗਿਆ ਜੋ ਡੀਸੀਆਂ ਦੇ ਦਫ਼ਤਰਾਂ ਅੱਗੇ ਧਰਨੇ ਸੀ, ਐਂਡ ਉਸ ਤੋਂ ਬਾਅਦ ਨਵਾਂ ਪ੍ਰੋਗਰਾਮ ਦਿੱਤਾ ਗਿਆ ਕਿ ਕੱਲ੍ਹ ਸਵੇਰ ਤੋਂ ਜਿਹੜੇ ਕਾਂਗਰਸ ਦੇ MLA ਨੇ ਆਪਣੇ ਆਪਣੇ ਹਲਕੇ ਦੇ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਦਿਓ, ਉਨੀ ਦੇਰ ਤੱਕ ਧਰਨੇ ਚੱਲਣਗੇ ਜਿੰਨੀ ਦੇਰ ਤੱਕ ਸਰਕਾਰ ਸਾਡੀ ਮੰਗ ਨਹੀਂ ਮੰਨਦੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਨਾ ਹੋ ਸਕੇ ਕਿ ਸਾਡੇ ਕੁਛ ਕਿਸਾਨ ਵੀਰ ਡੀਸੀਆਂ ਦੇ ਦਫ਼ਤਰਾਂ ਅੱਗੇ ਚਲੇ ਜਾਣ ਅਤੇ ਕੁਛ ਕਿਸਾਨ ਵੀਰ MLA ਦੇ ਘਰਾਂ ਦੇ ਅੱਗੇ ਚਲੇ ਜਾਣ। ਇਸ ਕਰਕੇ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ